ਠੀਕੀਆਂ 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 ਜ਼ਿੰਦਗੀ 'ਚ ਥੋੜ੍ਹੇ ਠੀਕ ਹੈ। ਸੋ ਸੱਚ ਕਿਸਾਨ ਵੀ ਇੱਥੇ ਸਵਾਗਤ ਤੁਹਾਡੇ ਗੱਲਾਂ ਬਾਤਾਂ ਦੇ ਰੋਮਾਂਚਕ ਪ੍ਰੀਤ ਜੱਟੀ ਜੱਟੀ ਤਾਂ ਫਿਰ ਜੱਟੀ ਹੈ, ਸਿੱਧੀ ਸਾਧੀ ਜੱਟੀ ਸਾਡੀ ਪਰੀਆਂ 'ਤੇ ਸਿੱਧੀ ਸਾਧੀ ਨਹੀਂ ਹੈਗੀ ਸਵਾਓ। ਪ੍ਰੀਤ ਜੱਟੀ ਸੀਰੀਜ਼ ਦੇ ਵਿੱਚ ਤਿੱਤਲੀ ਪ੍ਰੀਤ ਕਹਿ ਸਕਦੇ ਹਾਂ ਜਿਹਨੂੰ ਆਪਾਂ। ਥੰਬਨੇਲ ਵੇਖ ਲਾਇਆ ਤਿੱਤਲੀ ਦੇ, ਤੇਰਾ ਭਲਾ ਹਜੇ ਕਿਹੜਾ ਥੰਬਨੇਲ, ਥੰਬਨੇਲ ਤਾਂ ਬਣਾਉਂਦੇ ਟਾਈਮ ਲਾਇਆ ਕਰ, ਵਲੌਗ ਬਣਾਉਂਦੇ ਟਾਈਮ ਲਾ ਦਿੰਦੀ ਹਾਂ। ਕਮਾਲ ਦੀ ਗੱਲ, ਮਹੀਨੇ 'ਚ ਇੱਕ ਵਲੌਗ ਹੀ ਆਉਂਦਾ, ਇੰਨੀ ਬਿਜ਼ੀ ਹੈ, ਹਾਲੇ ਤਾਂ ਸਾਗ ਨਹੀਂ ਬਣਨ ਲੱਗਿਆ, ਕੀ ਕਰਦੀ ਰਹਿੰਦੀ ਹੈ ਘਰੇ, ਟੂ ਮੱਚ ਬਿਜ਼ੀ ਇਨ ਦਾ ਵਰਲਡ। ਸੋ ਅਸੀਂ ਗਏ ਨੈਕਸਸ ਮਾਲ ਅੰਮ੍ਰਿਤਸਰ ਮੂਵੀ ਦੇਖਣ ਲਈ। ਓਕੇ ਅੱਗੋਂ ਨਿਊ ਵਲੌਗ ਪ੍ਰੀਤ ਜੱਟੀ ਜੋਹਲ, ਉਹ ਤੇਰਾ ਭਲਾ ਹੋ ਜਾਵੇ, ਵੈਲਕਮ ਟੂ ਨਿਊ ਵਲੌਗ, ਆਓ ਸ਼ੁਰੂ ਕਰੀਏ ਮੂਵੀ ਵੇਖਣ ਚੱਲੀਏ, ਮੂਵੀ ਟਾਈਮ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਰਦਾਰ ਸਾਹਿਬ ਪੂਰਾ ਖੁਸ਼ ਹੈ, ਗੁਲਾਬੀ ਪੱਗ ਬੰਨ ਕੇ ਆ ਜੀ ਮਾਹੀ ਆਵੇ, ਕੀ ਕਰੀਏ ਨਾਨੀ ਦਿਆ, ਕਿੱਧਰ ਵਲੌਗਾਂ 'ਚ ਪੈ ਗਏ ਯਾਰ। ਵੈਲਕਮ ਟੂ ਮਾਈ ਨਿਊ ਵਲੌਗ, ਮਰ ਜਾਣਾ ਟੁੱਟ ਪੈਣਾ ਅੰਨੀ ਦਾ, ਫਿਲਮ ਵੇਖਣ ਚੱਲ, ਉਹ ਕਹਿੰਦੇ ਫਿਲਮ ਵੇਖਣ ਮੂਵੀ ਚੱਲ ਬਸ ਚੱਲ। ਹੈਲੋ ਜੀ, ਤੇ ਹੁਣ ਆਪਾਂ ਆ ਗਿਆ ਮਾਲ ਤੇ ਮੂਵੀ ਹੋਣ ਲੱਗੀ ਆ, ਉਹਦੀਆਂ ਅੱਖਾਂ ਕਿੱਡੀਆਂ ਵੱਡੀਆਂ ਨਾ। ਹੈਲੋ ਜੀ, ਹੁਣ ਆਪਾਂ ਆ ਗਏ ਆ ਮਾਲ, ਬੜੀਆਂ ਗੱਲ ਉਹ ਕਮਾਲ ਦੀ ਗੱਲ, ਕਾਰ 'ਚ ਸ਼ਾਰਟ ਲਾਇਆ ਸਿੱਧਾ ਹੀ ਮਾਲ ਪਹੁੰਚ ਗਈ, ਤੇਰਾ ਭਲਾ ਹੋ ਜਾਏ, ਕੱਚੀ ਵਲੌਗਰ ਹੈ ਇੱਥੇ ਹਮਾਨੀ ਹੁੰਦੀ, ਹਮਾਨੀ ਨੇ ਤਾਂ ਹੁਣ ਨੂੰ ਗਾਜ ਮੋਮੋਸ ਖਾ ਲੈਣੇ, ਕੀ ਕੁਛ ਕਰਦਾ, 18 ਮਿੰਟ ਦਾ ਵਲੌਗ ਬਣਾ ਲੈਣਾ ਹਮਾਨੀ ਨੇ, ਟਾਈਮਿੰਗ ਹੋ ਗਈ ਆ ਬਟ ਭੁੱਖ ਲੱਗੀ, ਉਹਦੇ ਕਰਕੇ ਪਹਿਲਾਂ ਸੋਚਿਆ ਕੁਛ ਖਾ ਲਈਏ, ਹੁਣ ਕੁਛ ਖਾ ਕੇ ਤੇ ਆਪਾਂ ਸਿੱਧਾ ਜਾਂਦੇ ਹਾਂ ਮੂਵੀ ਦੇਖਣ, ਤੇ ਉੱਥੇ ਕਰਾਂਗੇ ਕੈਮਰਾ ਔਨ, ਮੈਂ ਕੈਮਰਾ ਕਰਕੇ ਯੂ ਬਖਾ ਦੇ ਕਰਾਂ, ਹਾਂ ਭਾਜੀ ਹਣੀ ਕਿਥੇ ਜਮਨ ਨੂੰ ਮੂਵੀ ਦੇਖਣ ਨਹੀਂ ਜਾਂਦੇ ਪਏ ਆ, ਥੋੜੀ ਮੇਰੀ ਉਹ ਕਹਿੰਦੀ ਮੇਰਾ ਵੀ ਉਹ ਕੌਣ ਤਲੇ ਨਾਲੇ ਕੁੜੀ ਹੋਰ ਚੱਲੀ ਆ, ਉਹ ਕਹਿੰਦੀ ਪਹਿਲਾਂ ਮੇਰਾ ਹੀ ਮੂਵ ਨੋਟ ਕਰੋ ਵੀ ਉਹ ਕੀ ਵੇਖਣਾ, ਵੀ ਉਹ ਤਾਂ ਹੋਰ ਬਥੇਰੀ ਜਨਤਾ ਵਿਖਾਉਂਦੀ ਹੈ, ਬੀਰ ਰਾਮਗੜੀ ਨੇ ਬਥੇਰੇ ਮੁਲਕ ਮਾਏ ਅੰਮ੍ਰਿਤਸਰ ਦੇ, ਤੁਸੀਂ ਮੈਨੂੰ ਵੇਖੋ ਗਾਇਸ ਚੱਲ ਅੰਨੀ ਦੇ ਨਾਮੇ ਦਾ ਠੀਕ ਨਹੀਂ, ਜਿਹਦੇ ਕਰਕੇ ਵੀ ਜੋ ਵਲੌਗ ਥੋੜਾ ਕੱਟ ਕਰਤਾ, ਮਤਲਬ ਖਾਣ ਪੀਣ ਦਾ ਵਲੌਗ ਨਹੀਂ ਬਣਾਇਆ, ਥੋੜਾ ਸਹੀ ਬੈਟਰ ਫੀਲ ਹੋਇਆ, ਦੰਦ ਖਾਣ ਗਈ ਆ ਹਾਲਤ ਨਹੀਂ ਠੀਕ, ਤਾਂ ਮੂਵੀ ਦਿਖਾਉਣੀ ਖੜਾਂਗੇ ਤੁਹਾਨੂੰ, ਉੱਥੇ ਜਾ ਕੇ ਕੈਮਰਾ ਕਰਦੇ ਆ। ਓਕੇ, ਗੁਲਾਬੀ ਸੂਟ ਨਾਲ ਕਾਲੀਆਂ ਨੇ ਪਾਲਚਾ, ਆਹ ਕਿਹੜੀ ਰੁਪਿੰਦਰ ਗਾਂਧੀ ਆ ਗਈ ਗੇ, ਫਿਰ ਆ ਗਈ ਆ ਕਿ ਪੁਰਾਣੀ ਵੇਖਣ ਗਈ ਪਤਾ ਨਹੀਂ। ਇੱਧਰ ਦੇਖੋ ਰੋਟੀਆਂ ਨੇ ਲੀਆਂ ਹੋਈਆਂ ਦੋ ਭੈਣਾਂ, ਥ੍ਰੀ ਮੂਵੀ ਤੇ ਇਹ ਕਾਫੀ ਬੈਸਟ ਹੋ ਗਈ ਆ, ਕੁਝ ਮੂਜੇ ਨਿਕਲ ਗਿਆ ਕੁਝ ਹੋਰ ਦੇਖਿਆ, ਇਹ ਪਤਾ ਨਹੀਂ ਕੀ ਆ ਕੀ ਆ, ਆ ਕਿਦਾਂ ਦਾ ਵਲੌਗ ਬਣਾਇਆ, ਵਿੱਚ ਹੀ ਰੋਟੀਆਂ ਖਾਈ ਦੇ ਵਿੱਚ ਹੀ ਤੇਰੀ ਆਵਾਜ਼ ਜੀ ਆਈ ਜਾਂਦੀ ਆ, ਇਹ ਕਿਦਾਂ ਦਾ ਵਲੌਗ ਆ, ਗੁਰਜਿੰਦਰ ਦੀ, ਗੁਰਜਿੰਦਰ ਹੈ ਇਹਦਾ, ਗੁਰਜਿੰਦਰ ਦਾ ਫੇਵਰਟ ਐਕਟਰ ਹੈ, ਤੇ ਇਹ ਸਾਰੀਆਂ ਮੂਵੀਸ ਹੀ ਕਾਫੀ ਵਧੀਆ ਹੁੰਦੀਆਂ ਆ, ਤੇ ਇਹ ਮੂਵੀ ਵੀ ਕਾਫੀ ਵਧੀਆ ਹੀ, ਸੋ ਜ਼ਰੂਰ ਇੱਕ ਵਾਰ ਬੀਬੀ ਰਜਨੀ ਮੂਵੀ ਆਈ ਹੈ, ਮੈਂ ਸੁਣਿਆ ਬਹੁਤ ਘੈਂਟ ਮੂਵੀ ਹੈ ਨਾ, ਇੱਕ ਦੋ ਮੈਂ ਰਿਵਿਊ ਵੇਖਿਆ ਸੀ ਸਾਡੇ ਕੋਈ ਕਹਿੰਦੇ ਉਹ ਨਹੀਂ ਯਾਰ ਕੁਛ ਨਹੀਂ ਹੈਗਾ ਮੂਵੀ 'ਚ ਬੋਰ, ਲੋਕ ਮਸਤਾਨੇ ਮੂਵੀ ਨੂੰ ਵੀ ਆਖਦੇ ਸੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਇਤਿਹਾਸ, ਲੋਕ ਤਾਂ ਆਖਦੇ ਉਹ ਭਾਲਦੇ ਸੰਨੀ ਦੇ ਅਲਾਵੇ ਨਲਕਾ ਹੀ ਪੱਟੀ ਜਾਵੇ, ਨਹੀਂ ਚੀਜ਼ਾਂ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ, ਹੁਣ ਬਣਨੀਆਂ ਸ਼ੁਰੂ ਹੋ ਗਈਆਂ ਮੂਵੀਆਂ, ਸੋ ਵੇਖੋ ਆਪਾਂ ਨੂੰ ਪਤਾ ਲੱਗੇ ਵੀ ਆਪਣੇ ਇਤਿਹਾਸ 'ਚ ਕੀ ਹੋਇਆ ਸੀ, ਇਹ ਮੂਵੀ ਮੈਂ ਤਾਂ ਨਹੀਂ ਵੇਖੀ ਹਜੇ ਤੱਕ ਪਰ ਮੈਂ ਵੇਖੂੰਗਾ ਜ਼ਰੂਰ, ਮੈਂ ਮਸਤਾਨੇ ਮੂਵੀ ਦੇਖੀ ਹੋਈ ਆ, ਬਹੁਤ ਸੋਹਣੀ ਮੂਵੀ ਸੀ ਉਹ ਵੀ, ਜੇ ਨਹੀਂ ਪਸੰਦ ਆਈ ਚੁੱਪ ਕਰਕੇ ਤੁਰ ਜਾਓ, ਮੈਂ ਨੈਗੇਟਿਵ ਵੀ ਦੇਣ ਲੱਗ ਜਾਂਦੇ ਲੋਕ, ਫੈਮਿਲੀ ਨਾਲ ਮੂਵੀ ਦੇਖ ਕੇ ਆਓ ਕਿਉਂਕਿ ਕਾਫੀ ਬੈਸਟ ਮੂਵੀ ਲੱਗੀ ਮੈਨੂੰ, ਬਹੁਤ ਵਧੀਆ ਸਟੋਰੀ ਲੱਗੀ, ਚੁੱਪ ਕਰ ਰਿਹਾ ਬੋਲੀ ਜਾਂਦੀ ਤੂੰ ਮੂਵੀ ਸੁਣਨ ਦੇ, ਉਸ ਨੂੰ ਹੁਣ ਲੱਗਣ ਲੱਗਾ ਕਿ ਉਸ ਦਾ ਪਤੀ ਠੀਕ, ਹੁਣ ਆਪਾਂ ਮੂਵੀਜ਼ ਦੇਖ ਕੇ ਹੋ ਗਏ ਆ ਫ੍ਰੀ ਤੇ ਹੁਣ ਕਰਦੇ ਆ ਗੇਮ, ਮੂਵੀ ਦੇਖ ਕੇ ਕਿ ਮੂਵੀਜ਼ ਦੇਖ ਕੇ, ਦੋ ਫਿਲਮਾਂ ਵੇਖਣ ਗਈ ਸੀ, ਦੂਜੀ ਕਿਹੜੀ ਵੇਖ ਕੇ ਇੰਸਾਨ ਦਾ ਪਤਾ ਲੱਗਿਆ ਨਹੀਂ, ਅੱਛਾ ਪਹਿਲਾਂ ਉਹ ਚੱਲੀ ਜਾਂਦੀ ਸੀ ਸੱਚ ਰੁਪਿੰਦਰ ਗਾਂਧੀ ਜੀ ਵਿੱਚ ਸੀਨ ਜਲਾ ਰੱਖਿਆ ਸੀ, ਪਤਾ ਨਹੀਂ ਕਿਹੜੀ ਮੂਵੀ ਦੇਖ ਕੇ ਆਈ ਉਹ,
ਪਿੱਛੇ ਗੱਲ, ਕਮਾਲ ਦੀ ਗੱਲ, ਇੱਕੋ ਦਿਨ 'ਚ ਦੋ ਫਿਲਮਾਂ ਵੇਖ ਲਈਆਂ ਅਤੇ ਰਾਪਲ ਹੋ ਜਾਏ, ਇਹ ਵਿਹਲੀ ਹੈ, ਨਵਾਂ ਅੰਮ੍ਰਿਤਸਰ ਦੂਰ ਬਹੁਤ ਹੈ, ਨੈਕਸਿਸ ਮਾਲ ਜਾਣਾ ਔਖਾ, ਆਓ ਇੱਕੋ ਦਿਨ ਚੱਲਦੇ ਹਾਂ, ਦੋ ਮੂਵੀਆਂ ਦੇਖ ਕੇ ਆ ਜਾਂਦੇ ਹਾਂ, ਕਿੱਡੀ ਕੁ ਗੱਲ ਹੈ ਦੱਸ। ਚੱਲ ਹੁਣ ਆਪਾਂ ਮੂਵੀਜ਼ ਦੇਖ ਕੇ ਹੋ ਗਏ ਹਾਂ ਫ੍ਰੀ ਅਤੇ ਹੁਣ ਕਰਦੇ ਹਾਂ ਗੇਮਸ ਪਲੇ। ਅੱਛਾ ਦੂਜੀ ਮੂਵੀ ਦੇਖੀ ਜਾਂਦੀ ਹੁਣ, ਬੜੀ ਵਿਹਲੀ ਹੈ ਯਾਰ, ਪ੍ਰੀਤੋ ਫਿਰ ਪ੍ਰੀਤੋ ਫਿਲਮਾਂ ਦੀ ਸ਼ੌਕੀਨ ਆ, ਖੜੇ ਆ ਜਿਨ੍ਹਾਂ ਨਾਲ ਕਦੇ ਆਪਣਾ ਕੋਈ ਰਿਸ਼ਤਾ ਹੀ ਨਹੀਂ। ਇਹ ਕਿਹੜੀ ਰੁਪਿੰਦਰ ਗਾਂਧੀ, ਰੁਪਿੰਦਰ ਗਾਂਧੀ 3 ਆ ਗਈ ਕਿ ਮੈਨੂੰ ਤਾਂ ਪਤਾ ਨਹੀਂ ਲੱਗਿਆ। ਚਲੋ ਠੀਕ ਆ, ਹੋਇਆ ਸੀ ਕੋਈ ਸਿਸਟਮ, ਭੋਲਾ ਹੈ ਨਹੀਂ, ਪਤਾ ਨਹੀਂ, ਮੈਂ ਸੁਣੀ ਸੀ ਇੱਦਾਂ ਸਟੋਰੀ ਜੀ, ਪਤਾ ਨਹੀਂ ਭੋਲਣ ਕਿਆ, ਪੈਸੇ ਨਹੀਂ ਚੱਜ ਨਾਲ ਮਿਲਦੇ, ਪਤਾ ਨਹੀਂ ਕੀ ਐਂ ਰੌਲਾ ਪੈਂਦਾ ਰਹਿੰਦਾ, ਲੜਾਈ ਤਾਂ ਚੱਲਦੀ ਰਹਿੰਦੀ ਸੋਸ਼ਲ ਮੀਡੀਆ, ਕਿੱਡੀ ਗੱਲ, ਪਰ ਆ ਗਈ ਰੁਪਿੰਦਰ ਗਾਂਧੀ 3 ਵੀ ਗਏ। ਵੈਸੇ ਜੋ ਮਜ਼ਾ 1 'ਚ ਸੀ ਉਹ 1 'ਚ ਸੀ, ਜਮ੍ਹਾਂ ਦੇਸੀ। ਹਾਂ ਹਾਂ, ਓ ਡੈਡੀ ਨੂੰ ਆਖੋ ਬਰਡੇ ਬਾਅਦ 'ਚ ਬਣਾਓ, ਪਹਿਲਾਂ ਮੂਵੀ ਦੇਖਣ ਜਾਓ, ਬੀਬੀ ਰਜਨੀ ਬਹੁਤ ਸੋਹਣੀ ਮੂਵੀ ਹੈ, ਬਰਡੇ ਮਨਾਈ ਜਾਂਦਾ ਡੈਡੀ। ਚਲੋ ਓ ਚੱਲ ਯਾਰ, ਇੱਕ ਤਾਂ ਮਜ਼ਬੂਰੀਆਂ ਲੈ ਕੇ ਪੈ ਜਾਂਦੀ, ਸਭ ਤੋਂ ਜ਼ਿਆਦਾ ਦੁਖੀ ਕਰਦੀ ਹੈ ਮੈਂਟਲੀ ਬਾਹਰ ਲਿਆ, ਬਹੁਤ ਤੰਗ ਕਰਦੀ ਹੈ ਇੰਨੀ। ਚੱਲ ਆ ਗਈ, ਤਾਂ ਬੋਕ ਚਿੱਟੇ ਹੋ ਗਏ, ਕਹਾਂ ਚਲਾਉਣ ਲੱਗੇ। ਓ ਹਾਂ, ਵੀਡੀਓ ਕੌਣ ਬਣਾਈ ਜਾਂਦਾ, ਜੁਆਏ ਟਾਈਮ, ਇਹ ਵਾਹ। ਚੱਲ ਬੰਪਰ ਕਾਰ ਤੇ ਆਪ ਹੀ ਚਲਾਇਆ ਜਾਂਦਾ, ਪ੍ਰੀਤ ਜੱਟੀ ਨੂੰ ਵੀ ਚਲਾਉਣ ਦਿੰਦਾ ਕਾਰ ਲਾ, ਪ੍ਰੀਤ ਜੱਟੀ ਤਾਂ ਐਂ ਖੜੀ ਜਿਵੇਂ ਭੋਗ 'ਤੇ ਆਈ ਹੁੰਦੀ ਆ, ਪੈ ਗਏ ਆ ਭੋਗ, ਚਲੋ ਆਓ ਬੈਠ ਜੀ, ਹੁਣ ਚਾਹ ਮਿਲੇਗੀ। ਓਏ ਹੋਏ ਭਾਅ ਜੀ, ਨਹੀਂ ਕਰੋ, ਗੱਡੀ ਲੈ ਆਏ ਤੇ ਆਹ ਚਲਾਉਣੀ ਨਹੀਂ ਆਉਂਦੀ। ਓਏ ਤੇਰਾ ਭਲਾ ਹੋ ਜੇ, ਪਲਟਾ ਦੇਣੀ ਸੀ ਹੁਣੇ, ਜੱਟੀ ਹੋਣੀ ਜਿੱਤੀ ਜਾਂਦੇ ਆ। ਹਾਂ ਕੀ ਕਹਿੰਦੀ, ਚੱਲ ਸੀਨ ਕਰਗਾ ਹੁਣ, ਆਹੀ ਲਾਈ ਰੱਖੇਗੀ ਦਰਅਸਲ, ਇਹ ਵੀ ਨਾ ਨਿੱਭੇ ਹੀ ਰਹੋਗੇ, ਖੜਾ ਹੋ ਗਿਆ ਤਾਂ ਕਹਿੰਦਾ ਹਾਰ ਗਿਆ। ਚੱਲ ਸਾਡਾ ਸੀਨ ਲਿਆ ਕਹਿੰਦੀ, ਹਾਂ ਨਾਈਸ, ਆਹ ਕੀ ਹੈ ਮਾਲ ਦੇ ਵਿੱਚ, ਇਹ ਕਿਆ ਬਾਤ ਆ ਯਾਰ, ਕੀ ਤੁਹਾਨੂੰ ਦੇ ਸਾਰੀਆਂ ਗੇਮਾਂ ਇੰਜੋਏ ਕਰੀ ਜਾਂਦੇ ਜਿਵੇਂ ਪਿੰਡੋਂ ਬਾਹਰ ਹੀ ਅੱਜ ਨਿਕਲੇ ਹੁੰਦੇ ਆ, ਕੋਈ ਗੇਮ ਨਹੀਂ ਛੱਡਣੀ। ਵੈਸੇ ਮੈਂ ਇੱਕ ਚੀਜ਼ ਨੋਟ ਕੀਤੀ ਹੈ, ਮੌਲਾਂ 'ਚ ਗੇਮਾਂ ਵਾਲਾ ਸਿਸਟਮ ਤਾਂ ਬਣਿਆ ਪਰ ਵੱਡੇ ਜ਼ਿਆਦਾ ਇੰਜੋਏ ਕਰਦੇ, ਬੱਚੇ ਬੁੱਚੇ ਤਾਂ ਘੱਟ ਹੀ ਖੇਡ, ਬੱਚਿਆਂ ਨੂੰ ਆਉਂਦਾ ਨਹੀਂ ਖੇਡਣਾ, ਮਾਂ ਪਿਓ ਜਾਂ ਕਰ ਦਿੰਦੇ, ਬਾਅਦ 'ਚੋਂ ਪਿਓ ਕਹਿੰਦਾ ਪਰੇ ਉਹ ਯਾਰ ਮੈਂ ਲਾਉਣ ਦੇ, ਤੇਰੀ ਮੰਮੀ ਦੁਖੀ ਕਰੀ ਖੇਡੀ ਸੀ, ਮੈਂ ਗੋਲੀਆਂ ਚਲਾਵਾਂ ਇੱਥੇ, ਬਹੁਤ ਸਿਸਟਮ ਚੱਲਦਾ। ਇਹ ਤਾਂ ਆਏ ਆਈਆਂ ਜਿਵੇਂ ਮੇਲੇ 'ਤੇ ਆਈਆਂ ਹੁੰਦੀਆਂ, ਚੱਲ ਮੈਂ ਵੀ ਬਹੁਤ ਗੇਮਾਂ ਇੰਜੋਏ ਕੀਤੀਆਂ ਪਰ ਇੱਥੇ ਆਪਣੀਆਂ ਗੇਮਾਂ ਨਹੀਂ ਹੁੰਦੀਆਂ। ਜਦੋਂ ਮੈਂ ਮਲੋਟ ਸੀਗਾ ਉਦੋਂ ਮੈਂ ਉਹ ਮੇਲਾ ਲੱਗਦਾ ਸੀਗਾ, ਉਹ ਸ਼ਿਪ ਜੀ ਵਾਲਾ ਮੇਲਾ ਲੱਗਿਆ ਸੀ ਇੱਕ ਵਾਰੀ, ਉਹ ਮੇਲੇ 'ਚ ਉਦੋਂ ਮੈਂ ਬਹੁਤ ਗੇਮਾਂ ਇੰਜੋਏ ਕੀਤੀਆਂ, ਮੈਂ ਅਸੀਂ ਬਹੁਤ ਕੁੱਟੀਆਂ ਕਾਰਾਂ ਕੁਰਾਂ ਆਈਆਂ ਕਿਉਂਕਿ ਅਸੀਂ ਵਲੋਗ ਬਣਾਉਣਾ ਹੁੰਦਾ ਸੀਗਾ, ਇੰਜੋਏ 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 ਥੋੜ੍ਹੀ ਇਹ ਦੱਸ ਲੈ, ਜੱਟੀ ਹੋਣੀ ਐਂ ਖੜੇ ਸਾਈਡ 'ਤੇ ਯਾਰ ਨਿਸ਼ਾਨੇ ਆ ਗਲੇ, ਇਹ ਮੈਨੂੰ ਲੰਬੀਆਂ ਤੋੜਦਾ ਰਿਹਾ ਛੋਟਾ ਹੁੰਦਾ ਯਾਰ, ਜਿੱਤੇ ਤਾਂ ਕੀ ਮਿਲੂਗਾ ਕਰੇਟਾ, ਉਹ ਛੱਡ ਦੇ ਹੁਣ ਆਹ ਬਲੌਗ, ਇਹ ਤਾਂ ਮੌਤ ਜਾ ਕੇ ਸਾਰੇ ਘਰ ਵਾਲੇ ਦਾ ਬਲੌਗ ਬਣਾਈ ਜਾਂਦੀ ਆ, ਦੂਜੋਂ ਕਹਿੰਦਾ ਬੰਦਾ ਪਹਿਲਾਂ ਚੈੱਕ ਕਰ ਲਿਆ ਕਰੇ ਕੀ ਹੈ ਵਿੱਚ, ਆਹ ਮਜ਼ਾ ਨਹੀਂ ਆਉਂਦਾ ਫਿਰ, ਉਹ ਜਿਹੜਾ ਐਨ ਮੌਕੇ 'ਤੇ ਬੇਜਾਈ ਹੁੰਦੀ ਆ, ਉਹ ਬੇਜਾਈ ਬੇਜਾਈ ਹੁੰਦੀ ਆ, ਹੱਸ ਵੇਖ ਹੁੰਦੇ ਇੰਨੀ ਦੇ
ਚੱਲ ਇਹ ਜੰਗ ਜਿੱਤਣੀ ਲੱਗੇ ਆ ਜੱਟੀ ਹੋਣੀ ਦੀ ਰੱਖਿਆ ਕਰ ਰਹੇ ਆ ਬਸ ਭਰਾਵਾ ਮੈਂ ਵੀ ਕਹਾਂ ਟਾਨੇ ਲਾ ਕੇ ਬੋਤਲਾਂ ਸਿੱਟੀ ਕਿਵੇਂ ਜਾਂਦਾ ਨਹੀਂ ਤਾਂ ਐਡੇ ਤੱਕ ਟਾਨੇ ਦੇ ਨਹੀਂ ਨਹੀਂ ਉਹ ਲੇਜ਼ਰ ਲਾਈਟ ਆ ਜਿੱਥੇ ਵੱਜੀ ਉੱਥੇ ਤਾਨਾ ਮਾਰਿਆ ਆਪ ਹੀ ਵੱਜਣੀ ਜਾ ਕੇ ਦੱਸ ਐਂ ਪੂਰੀ ਅੱਖ ਨਾਲ ਬਣਾ ਕੇ ਟਾਨਾ ਫਿਰ ਮਾਰਿਆ ਫਿਰ ਤਾਂ ਪਤਾ ਲੱਗੇ ਬਾਕੀ ਯਾਰ ਬੰਦੇ ਨੇ ਬੋਤਲ ਸਿੱਟਤੀ ਉਹ ਇੱਕ ਪੂਲ ਗੇਮ ਚੱਲਦੀ ਸੀਗੀ ਉਹਦੇ 'ਚ ਵੀ ਐਂ ਸੀਗਾ ਉਹ ਐਂ ਹੁੰਦਾ ਸੀਗਾ ਸਿਸਟਮ ਜਿਹਾ ਐਂ ਜਦੋਂ ਕਰਦੇ ਇੱਧਰ ਨੂੰ ਐਂ ਬੋਲ ਇੱਧਰ ਨੂੰ ਪਾਣੀ ਦੇ ਕਈਆਂ ਨੇ ਉਹ ਹੈਕ ਕਰ ਰੱਖੀ ਸੀ ਉਹ ਸਿੱਧਾ ਬੋਲ 'ਤੇ ਜਾ ਕੇ ਧਾਰ ਜੀ ਵੱਜਦੀ ਸੀਗੀ ਜਨਤਾ ਜਿੱਤਣ 'ਤੇ ਲੱਕ ਬੰਨਿਆ ਸੀ ਉਹ ਵੀ ਪੂਲ ਗੇਮ ਆਹ ਕਿੱਦਾਂ ਦਾ ਵਲੋਗ ਸ਼ੂਟ ਹੋਈ ਜਾਂਦਾ ਕੌਣ ਕਰੀ ਜਾਂਦਾ ਸ਼ੂਟ ਨਾਲ ਇੱਕ ਹੋਰ ਕੱਪਲ ਆਇਆ ਕਿ ਭੈਣ ਭਰਾ ਆਏ ਆ ਕੱਪਲ ਹੀ ਆ ਪੱਗ ਨਾਲ ਦੀ ਬੰਨੀ ਹੈ ਭੈਣ ਭਰਾ ਵੀ ਹਾਂ ਹੁਣ ਆਪਾਂ ਕਰਨ ਲੱਗੇ ਇਹ ਵਾਲੀ ਗੇਮ ਪਲੇ ਕਾਫੀ ਡਰ ਲੱਗਦਾ ਪਿਆ ਆ ਕਿਸੇ ਪਤਾ ਨਹੀਂ ਕੀ ਹੋਣਾ ਆ ਆਪਾਂ ਕਰਨ ਲੱਗੇ ਅੱਛਾ ਤੂੰ ਵੀ ਹੈ ਓ ਮਾਈ ਗੋਡ ਇਹ ਵੀਡੀਓ ਕਿਹਨੇ ਬਣਾਈ ਆ ਇਹ ਪੱਕਾ ਜਿਹੜਾ ਗੇਮਾਂ ਖੜਾਉਂਦਾ ਉਹਨੇ ਵੀਡੀਓ ਬਣਾਈ ਹੋਣੀ ਉਹਨੇ ਸਿੱਧੇ ਲੁੱਟ ਬਣਾਤੀ ਹੋਣੀ ਓਹੋ ਭਾਅ ਜੀ ਟੈਡੇ ਲੁੱਟ ਸ਼ੂਟ ਕਰਨਾ ਸੀ ਬਲੌਗਰ ਹਾਂ ਅਸੀਂ ਓ ਸੋਰੀ ਭੈਣੇ ਅਸੀਂ ਤੁਹਾਡੀ ਵੀਡੀਓ ਸਿੱਧੀ ਵੇਖੀ ਸੀ ਉਦੋਂ ਸਾਨੂੰ ਲੱਗਿਆ ਸਿੱਧੀ ਬਣਾਉਂਦੇ ਤੁਸੀਂ ਕਿਆ ਪਹਿਲਾਂ ਤਾਂ ਕਾਫੀ ਡਰ ਲੱਗਦਾ ਪਿਆ ਸੀ ਬਟ ਹੁਣ ਕਾਫੀ ਇੰਜੋਏ ਕਰਦੇ ਪਏ ਡਰ ਲੱਗਣ ਲੱਗੀ ਹੈ ਇਹਦੇ ਵਿੱਚ ਪਲਟ ਜੂਗਾ ਕਾਫੀ ਡਰ ਲੱਗਦਾ ਪਿਆ ਸੀ ਓ ਮਾਈ ਗੋਡ ਡਰ ਤਾਂ ਤੈਨੂੰ ਉਦੋਂ ਨਹੀਂ ਕਦੇ ਲੱਗਿਆ ਆਪਣਾ ਛੱਡਿਆ ਕਰ ਪ੍ਰੀਤ ਇਹਦਾ ਯਾਰ ਬੋਗ ਅਪ ਮਾਰੀ ਹੁੰਦੀ ਹੈ ਕਿੱਧਰ ਯਾਰ ਕੋਹਲੀ ਇੰਨੀ ਨਹੀਂ ਪਹਿਲਾਂ ਤਾਂ ਕਾਫੀ ਡਰ ਲੱਗ ਰਿਹਾ ਸੀ ਮੈਂ ਜਦੋਂ ਰੋਮਾਂਚਿਕ ਬਣਾਇਆ ਮੈਨੂੰ ਪਹਿਲਾਂ ਤਾਂ ਕਾਫੀ ਡਰ ਲੱਗ ਰਿਹਾ ਸੀ ਫਿਰ ਜਦੋਂ ਮੈਨੂੰ ਬਾਵੇ ਦਾ ਫੋਨ ਆਇਆ ਫਿਰ ਬਾਵਾ ਕਹਿੰਦਾ ਕੋਈ ਨਹੀਂ ਯਾਰ ਬਣਾਈ ਆ ਹੁਣ ਕਾਫੀ ਠੀਕ ਆ ਮਾਹੌਲ ਸੀਰੀਜ਼ ਕਿਹਦੀ ਸ਼ੁਰੂ ਕਰੀਏ ਸੱਚ ਹੁਣ ਪੁਰਾਣੀ ਤੁਹਾਨੂੰ ਪਤਾ ਹੀ ਆ ਕੀ ਕੀ ਅੱਗੇ ਬੜਾ ਤੂੰ ਖੋਰੇ ਪਾ ਦਿੰਦੀ ਆ ਵਲੋਗਾਂ ਦੇ ਮਹੀਨੇ 'ਚ ਇੱਕ ਵਲੋਗ ਆਉਂਦਾ ਤੇਰਾ ਅੱਧਾ ਵਲੋਗ ਤੇਰਾ ਘਰ ਵਾਲਾ ਬਣਾਉਂਦਾ ਇੱਕ ਹੋਮ ਟੂਰ ਆਇਆ ਦੂਜਾ ਮੈਗੀ ਬਣਾਈ ਹੈ ਤੀਜਾ ਵਲੋਗ ਤੇਰਾ ਆਹ ਜਿਹਦੇ ਕੋਈ ਸਮਝ ਨਹੀਂ ਲੱਗਿਆ ਕੀ ਕੀਤਾ ਜ਼ਿਆਦਾ ਵਲੋਗ ਨਹੀਂ ਹੋਇਆ ਅੱਛਾ 5 ਮਿੰਟ ਦਾ ਹੀ ਹੋਇਆ ਬਾਕੀ 10 ਮਿੰਟ ਕੀ ਕੀਤਾ ਘਰੇ ਆ ਕੇ ਤੂੰ ਚੱਲ ਵੇਖਦੇ ਹਾਂ ਕ੍ਰਿਸਪੀ ਟਾਈਮ ਇਹ ਬਾਤ ਤੇ ਦੂਸਰਾ ਥੋੜ੍ਹੀ ਜਲਦਬਾਜ਼ੀ ਸੀਗੀ ਉਹਦੇ ਕਰਕੇ ਮੇਰੇ ਕੋਲ ਉਸੇ ਤਰ੍ਹਾਂ ਵਲੋਗਿੰਗ ਨਹੀਂ ਹੋਈ ਬਟ ਮੈਂ ਕੋਸ਼ਿਸ਼ ਕੀਤੀ ਮੈਂ ਟਰੈਵਲਿੰਗ ਫਸਟ ਵਲੋਗਿੰਗ ਸੀਗੀ ਕਿ ਮੈਂ ਥੋੜ੍ਹੀ ਬਹੁਤੀ ਟਰਾਈ ਕਰੀਏ ਕੋਈ ਨੈਕਸਟ ਟਾਈਮ ਅੱਛਾ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਆਪਾਂ ਚੱਲਦੇ ਹਾਂ ਗੱਡੀ ਤੁਰ ਜੰਨੀ ਹੈ ਗੱਡੀ ਕਿੱਥੇ ਆ ਆ ਬੌਂਗੀ ਜੀ ਜਦੋਂ ਤੁਸੀਂ ਕਿਸੇ ਵੀ ਮਾਲ 'ਚ ਕਿਸੇ ਪਾਰਕਿੰਗ 'ਚ ਜਾਓ ਨਾ ਗੱਡੀ ਖੜਾਉਣੇ ਹੋ ਪਹਿਲਾਂ ਪਿੱਲਰ ਨੰਬਰ ਨੋਟ ਕਰਿਆ ਕਰੋ ਅਤੇ ਫਲੋਰ ਨੋਟ ਕਰਿਆ ਕਰੋ ਪਹਿਲਾਂ ਪਤਾ ਨਹੀਂ ਹੁੰਦਾ ਬਾਅਦ 'ਚ ਭਾਲੀ ਜਾਣਗੇ ਐਂ ਕਰੀ ਜਾਣਗੇ ਬਥੇਰੇ ਵੇਖੇ ਮੈਂ ਮਾਲ ਦੀਆਂ ਪਾਰਕਿੰਗਾਂ 'ਚ ਐਂ ਕਰੀ ਜਾਂਦੇ ਹੁੰਦੇ ਆ ਕਿੱਥੇ ਬੋਲਦੀ ਆ ਬੋਲਦੀ ਨਹੀਂ ਭਰਾਵਾ ਕੋਈ ਲੈ ਤਾਂ ਨਹੀਂ ਗਿਆ ਲੈ ਤਾਂ ਨਹੀਂ ਗਿਆ ਲੈ ਨੋਟ ਕਰਕੇ ਜਾਇਆ ਕਰੋ ਇਹ ਬੰਦ ਲੈ ਦਿੰਦੇ ਆ ਵਲੋਗਾਂ 'ਚ ਬਾਕੀ ਸਾਰੇ ਨੋਟ ਹੀ ਕਰਦੇ ਆ ਗੁਰਜਿੰਦਰ ਚਲਾਉਣ ਲੱਗਾ ਯਾਰ ਮੈਨੂੰ ਡਰ ਲੱਗਦਾ ਬੜਾ ਕਿੰਨਾ ਭੱਜਦੀ ਗੱਡੀ ਯਾਰ ਮੈਨੂੰ ਗੱਡੀ ਹੋਰ ਹੀ ਚਲਾਉਣੀ ਹੁਣ
ਕੀ ਆ, ਬੋਲਿਆ ਕਰੋ ਬਲੋਗ ਚ, ਆਪਦਾ ਮੂੰਹ ਸਵਾਰੀ ਜਾਣਗੀਆਂ, ਘਰੇ ਸ਼ੀਸ਼ੇ ਮੂਹਰੇ ਸਵਾਰਿਆ ਕਰੋ, ਅਸੀਂ ਵੀ ਐਂ ਕਰੀਏ ਐਂ ਕਰੀਏ, ਨਹੀਂ ਤੇ 10 ਪੌਂਡ ਲੈ ਲੈਂਦੇ। ਚੱਲ ਗੁੱਡ ਨਿਊ ਵਾਲੀ ਚਲਾਈ, ਉਹ ਹੌਲੀ ਚਲਾਊਗਾ ਤੋੜ ਤਾਂ ਲਵੇ ਯਾਰ, ਮੈਂ ਤਾਂ ਪਿੱਛੇ ਦੇ ਮੈਂ ਫਿਰ ਬਾਹਰ ਚਲ ਜਾਂਦੀ, ਫਿਰ ਕਿਤੇ ਗੱਡੀ ਚਾਹ ਦੇ ਸਾਰੇ ਛੱਡੇ। ਚੱਲ ਚੱਲ ਬਾਹਰ ਹੁਣੀ ਆ ਪਾਪ ਕਮਾਉਣੀ ਸਾਰਿਆਂ ਨੂੰ ਮਰਜ਼ੀ ਕਮਾਦੇ ਯਾਰ, ਕੱਢ ਸਹੀ ਮੱਗੀ ਤੇ ਬਾਹਰ ਮਾਈ ਡਰਾਈਵਰ ਮਤਲਬ ਕਿ ਇਹ ਦੂਸਰੀ ਗੱਡੀ ਚਲਾ ਲੈਂਦਾ ਬਟ ਇਹ ਆਡੀ ਆ, ਸੋ ਇਹ ਚ ਥੋੜੀ ਕਨਫਿਊਜ਼ਨ ਆ, ਜਲਦੀ ਜਲਦੀ ਸਾਡੇ ਸਾਹ ਸੁੱਕੇ ਪਏ ਕਿ ਕਿੱਦਾਂ ਪਹੁੰਚਣਾ। ਆਪਦੇ ਘਰ ਨੂੰ ਕਹੀ ਹੁੰਦੀ ਹੈ ਦੂਜੀ ਗੱਡੀ ਚਲਾ ਲੈਂਦਾ ਵਾ, ਇਹਦੇ 'ਚ ਚਲਾ ਲੈਂਦੇ ਆ, ਥੋੜ੍ਹੀ ਰਿਸਪੈਕਟ ਕਰ ਲਿਆ ਕਰੋ, ਪਹਿਲਾਂ ਤਾਂ ਕੀਤੀ ਨਹੀਂ ਜੋ ਹੋ ਗਿਆ ਸੋ ਹੋ ਗਿਆ, ਉਹ ਵੀਡੀਓ 'ਚ ਵੀ ਨਹੀਂ ਕੀਤੀ ਰਿਸਪੈਕਟ, ਹੁਣ ਤਾਂ ਕਰ ਲਓ, ਚਲਾ ਲੈਂਦਾ ਵਾ। ਵੈਸੇ ਬਹੁਤ ਔਖੀ ਆਟੋਮੈਟਿਕ ਕਾਰ ਚਲਾਉਣੀ, ਨਹੀਂ ਜਿਹਨੇ ਜਿਹਨੇ ਗੇਅਰ ਵਾਲੀ ਗੱਡੀ ਚਲਾਈ ਉਹਦੇ ਲਈ ਬਹੁਤ ਔਖੀ, ਜਿਹਨੂੰ ਅੱਤ ਪੈ ਗਈ ਉਹ ਕੋਈ ਦਿੱਕਤ ਨਹੀਂ। ਜਦੋਂ ਮੈਂ ਪਹਿਲੀ ਵਾਰ ਆਟੋਮੈਟਿਕ ਚਲਾਈ ਸੀ ਮੈਂ ਤਾਂ ਕਲੱਚ ਦੇ ਤੌਰ 'ਤੇ ਬ੍ਰੇਕ ਦੱਬ ਦਿੰਦਾ ਸੀ, ਥਾ ਉਹ ਸ਼ੁਕਰ ਆ ਪਿੱਛੇ ਕੋਈ ਕਾਰ ਨਹੀਂ ਆਉਂਦੀ ਸੀ, ਨਹੀਂ ਤਾਂ ਮੈਂ ਦੱਬ ਦੇਣੀ ਸੀ ਜਿਹਦੀ ਕਾਰ ਸੀ। ਚੱਲ ਹੈਲੋ ਹੈਲੋ ਹਾਂਜੀ, ਐ ਪ੍ਰੀਤ ਨਹੀਂ ਵੇਖਦਾ ਮੈਂ ਪਿੱਛੇ, ਅੱਗੇ ਵੇਖਣ ਨਹੀਂ ਦਿਆ। ਚੱਲ ਇਹ ਵੀ ਨਹੀਂ ਪਤਾ ਭਰਾਵਾ, ਇਹ ਜਨ ਚ ਘੁੰਮਿਆ ਨਾ ਜ਼ਿਆਦਾ, ਜਨ ਚ ਬਿਜ਼ੀ ਰਿਹਾ ਵਿਚਾਰਾ, ਤਾਂ ਹੀ ਨਹੀਂ ਇਹਨੂੰ ਕੁਛ ਪਤਾ ਆ ਕਿਹੜਾ ਤੇ ਆ ਕਿਹੜਾ, ਆਹ ਕਿੱਧਰ ਆ ਗਿਆ ਮੌਂਜੋ ਗਾਉਂਡ, ਮੈਂ ਸਿਰ 'ਚ ਮਾਰਨੇ ਆ। ਚਲੋ ਪੈਸੇ ਦਾ ਅੰਨੀ ਦੇ ਹਰੇਕ ਅਕਾਊਂਟ ਬੈਂਕ ਦੀ ਮਸ਼ਹੂਰੀ ਆਉਂਦੀ ਹੈ, ਹੋਰ ਕੋਈ ਮਸ਼ਹੂਰੀ ਨਹੀਂ ਆਉਂਦੀ, ਬੈਂਕ ਦੀ ਮਸ਼ਹੂਰੀ ਆਉਂਦੀ ਹੈ ਯਾਰ ਮੈਟਲੀ ਦੀ, ਹੈ ਨਾ, ਅਤੇ ਬੈਂਕਾਂ ਦੀ ਮਸ਼ਹੂਰੀ ਐਂ ਲੱਗਦੀ ਇਹਨਾਂ ਨੂੰ, ਇਹਨਾਂ ਨੂੰ ਐਂ ਲੱਗਦਾ ਸੀ ਬਹੁਤ ਅਮੀਰ ਆ, ਸਾਡੇ ਕੋਲ ਬਹੁਤ ਪੈਸਾ, ਅੰਨੀ ਦੇ ਜਿਹੜੇ ਅਕਾਊਂਟ 'ਚ ਪੈਸੇ ਹੈਗੇ ਉਹ ਵੀ ਉੱਡੀ ਜਾਂਦੇ ਆ, ਇਹਨਾਂ ਨੂੰ ਐਂ ਲੱਗਦਾ ਬਹੁਤ ਪੈਸਾ, ਆਹ ਵੀ ਖਿਲਾ ਲਓ ਜਿੱਥੇ ਖਿਲਾ ਲਓ, ਬਹੁਤ ਪੈਸਾ ਆ ਗਿਆ ਤੁਹਾਡੇ ਕੋਲ। ਚੱਲ ਘਰੇ ਜਾਂਦੇ ਪਏ ਹਾਂ ਅਤੇ ਰਾਹ 'ਚ ਆਪਾਂ ਗੋਲ ਗੱਪੇ ਵਾਲੀ ਰੇਹੜੀ ਲਾ ਕੇ ਖੜਨਾ ਹੈ, ਉਹ ਵੀ ਸੀ ਗੱਲ ਕਰੀ ਜਾਏਗੀ ਹੁਣ, ਅਤੇ ਦੂਸਰਾ ਲੈਣੀ ਆਪਾਂ ਸਬਜ਼ੀ, ਬਸ ਆ ਗਏ ਅੱਜ ਬਹੁਤ ਜ਼ਿਆਦਾ ਲੱਗ ਦੂ ਬੰਦੇ, ਮਾਰਨਿੰਗ ਟਾਈਮ ਕਿੰਨੇ ਵਜੇ, ਤੁਸੀਂ ਵੀ ਸਬਜ਼ੀ ਲੈਣੇ ਹੋ ਪਿੰਡਾਂ ਵਾਲੇ, ਤੁਹਾਡੇ ਤਾਂ ਘਰੇ ਉਦਾਂ ਹੀ ਬਹੁਤ ਹੁੰਦੀ, ਮਤਲਬ ਕਿ 10 ਵਜੇ ਤੁਰੇ ਹੈਗੇ, 9 ਵਜੇ ਲੱਗੇ ਬਣੇ ਤੁਰੇ ਹੈਗੇ, ਬਟ 11 ਵਜੇ ਅੰਮ੍ਰਿਤਸਰ ਪਹੁੰਚੇ, ਬਹੁਤ ਜ਼ਿਆਦਾ ਸੀਗਾ ਜਿਹਦੇ ਕਰਕੇ ਸਾਨੂੰ ਕਾਫੀ ਲੇਟ ਹੋ ਗਿਆ, ਨਹੀਂ ਤੇ ਅਸੀਂ 10:30 ਦੇ ਕਰੀਬ ਹੋਈ ਪਹੁੰਚ ਜਾਣਾ ਸੀਗਾ, ਬਟ ਟ੍ਰੈਫਿਕ ਕਰਕੇ ਬਹੁਤ ਜ਼ਿਆਦਾ ਖੱਜਲ ਖੁਆਰ ਹੋਣਾ ਪਿਆ ਰਾਹ ਵਿੱਚ। ਓਕੇ ਦੈਨ ਹੁਣ ਮੇਰਾ ਕਿਤੇ ਗੋਲ ਗੱਪੇ ਵਾਲੀ ਰੇਹੜੀ ਆਵੇ, ਪਹਿਲਾਂ ਮੌਲ ਗਈ ਉੱਥੇ ਖਾ ਪੀਆਈ ਰੋਟੀ ਪਾਣੀ ਜੋ ਵੀ ਖਾਣਾ, ਹੁਣ ਗੋਲ ਗੱਪੇ ਯਾਦ ਆ ਗਏ, ਦੱਸ ਕਮਾਲ ਦੀ ਗੱਲ ਆ, ਬੰਦਾ ਘੁੰਮ ਕੇ ਵੀ ਥੱਕ ਜਾਂਦਾ, ਕੀ ਕੀਤਾ ਇਹਨੇ, ਖੜੀ ਰਹੀ ਹੈ ਕਾਰਾਂ ਵਾਲੀ ਗੇਮ ਕੋਲ ਐਂ ਖੜੀ ਰਹੀ ਹੈ, ਉੱਥੇ ਇੱਕ ਹੈੱਡਫੋਨ ਜਿਹਾ ਲਾ ਲਿਆ, ਪਤਾ ਨਹੀਂ ਕੀ ਸੀ ਉੱਥੇ, ਉਹਦੇ ਕੋਲ ਖੜੀ ਰਹੀ, ਇੰਨੇ ਜੀ ਥੱਕ ਗਈ, 2 ਫਿਲਮਾਂ ਵੇਖੀਆਂ ਨਾ ਅੰਨੀ ਦੀ ਨੇ। ਚੱਲ ਉੱਥੇ ਵੀ ਸੋਫੇ ਹੀ ਹੁੰਦੇ ਆ, ਕਿਹੜਾ ਸਟੂਲਾਂ 'ਤੇ ਭਾਤਾ ਤੁਹਾਨੂੰ ਜਿਹੜਾ ਥੱਕ ਗਈ ਤੂੰ, ਦੱਸ ਕਮਾਲ ਦੀ ਗੱਲ ਆ, ਪਤਾ ਨਹੀਂ ਕਿਹਾ ਥੱਕ ਜਾਂਦੀ ਹੈ। ਚੱਲ ਬਰਗਰ ਖਾਣ ਲੱਗਾ, ਆਈ ਡੋਂਟ ਲਾਈਕ, ਨਹੀਂ ਆਈ ਲਾਈਕ ਬਟ ਇਸ ਟਾਈਮ ਨਹੀਂ ਲਾਈਕ, ਡੂ ਯੂ ਨੋ ਵੈਰੀ ਵੈਰੀ ਲਾਈਕ, ਵਟ ਇਜ਼ ਲਾਈਕ, ਇਹ ਭਰੀ ਨਹੀਂ ਹੈ, ਮੂਰਤੀਆਂ ਹੋਈਆਂ ਉਹ
ਬਰਗਰ ਖਾਣ ਚੱਲੀਏ ਇੱਧਰ ਮੈਂ ਕਿਹਾ ਪਤਾ ਨਹੀਂ ਕਿਹੜੀ ਮੂਵੀ ਦੇਖਣ ਗਈ ਹੋਊਗੀ ਕੋਈ ਮੂਵੀ ਦਾ ਰਿਵਿਊ ਨਹੀਂ 2 ਮਿੰਟ ਦਾ ਵਲੌਗ ਬਣਾਇਆ ਖੇਡਾਂ ਖੁੱਡਾਂ ਹੀ ਕਰਕੇ ਹੁਣ ਬਰਗਰ ਖਾਣ ਆ ਗਈ ਦੇਖ ਲਾ ਲੈ ਆ ਮੇਰਾ ਚਲੋ ਚਲੀਏ ਕਿੱਥੇ ਆ ਮੂੰਹ ਖਾਣੀ ਮੜਾ ਆ ਮੀਂਹ ਬਹੁਤ ਪਿਆ ਹੈ ਖੈਰ ਦੇਖ ਸਕਦੇ ਹੋ ਸੜਕਾਂ ਦੇ ਪਾਣੀ ਕਾਫੀ ਇਕੱਠਾ ਹੋਇਆ ਮੇਰੇ ਪੈਸੇ ਨਹੀਂ ਬਹੁਤ ਚੱਲੇ ਹੋਏ ਚੱਕ ਲੈ ਯਾਰ ਤੈਨੂੰ ਤੂੰ ਨਾ ਜਾਂਦਾ ਏ ਤੇ ਲਿਕਦਾ ਪੈਰ ਕੁੜੇ ਨੀ ਮੁੰਡੇ ਚੱਕਣੇ ਨੂੰ ਖੜੇ ਨੇ ਮੁੰਡਾ ਚੱਕਣੇ ਨੂੰ ਮੁੰਡੇ ਨੇ ਚੱਕ ਲਈ ਆ ਚੱਲ ਭਾਜੀ ਨੇ ਕਹਿੰਦੇ ਮੇਰਾ ਵਲੌਗ ਬਣਾ ਚੱਲ ਮੇਰਾ ਪੈਰ ਸਲਿਪ ਹੋ ਜਾਣਾ ਹੋਰ ਸੁਣਾ ਦੋਸਤੋ ਕੀ ਹਾਲ ਚਾਲ ਠੀਕ ਆ ਤੂੰ ਸੁਣਾ ਠੀਕ ਆ ਭਰੀ ਜਾਂਦੀ ਹੈ ਇਹ ਯਾਰ ਕੀ ਹਾਲ ਚਾਲ ਦੋਸਤੋ ਠੀਕ ਆ ਕੀ ਹਾਲ ਚਾਲ ਮੈਨੂੰ ਪੇਟੀ ਦਰਦ ਸਟਾਰਟ ਹੋ ਗਈ ਖਾ ਲਾ ਹੋਰ ਬਰਗਰ ਨੀ ਦੀ ਨਾ ਹੋਵੇ ਤਾਂ ਬਸ ਬਾਕੀ ਸਾਰਾ ਦਿਨ ਯਾਰ ਮੌਲ ਚ ਫਿਰ ਵਧੀਆ ਲੰਘੇ ਬਟ ਮੈਨੂੰ ਉਮੀਦ ਨਹੀਂ ਹੈਗੀ ਤੇ ਮੈਨੂੰ ਕੋਈ ਹੈ ਵੀ ਨਹੀਂ ਕਿ ਮੈਂ ਜਾਵਾਂ ਬਟ ਫਿਰ ਵੀ ਅਸੀਂ ਆਏ ਕਿਉਂਕਿ ਇਹਨਾਂ ਨੇ ਆਉਣਾ ਸੀ ਕਦੇ ਮੈਂ ਕੱਲੀ ਕਿਤੇ ਜਾ ਨਹੀਂ ਸਕਦੀ ਓ ਮਾਈ ਗੋਡ ਕੱਲੀ ਨੂੰ ਨੀ ਭੇਜਦੇ ਭਾਜੀ ਹਣੀ ਹੈ ਸਹੀ ਤਾਂ ਵਲੌਗ ਹੁਣ ਸ਼ੁਰੂ ਹੋਇਆ ਅੰਨੀ ਦੀ ਕੱਲੀ ਨਹੀਂ ਜਾ ਸਕਦੀ ਨਹੀਂ ਨਹੀਂ ਹਮਾਨੀ ਵਾਲਾ ਹਿਸਾਬ ਹੀ ਸਾਡਾ ਮੈਨੂੰ ਵੀ ਸਕੂਟਰੀ ਤੇ ਮੋਟਰਸਾਈਕਲ ਤੇ ਛੱਡ ਕੇ ਤਾਂ ਆਉਂਦੇ ਹੀ ਨਹੀਂ ਜਿੱਥੇ ਜਾਣਾ ਨਾਲ ਹੀ ਲਿਜਾਂਦੇ ਕੱਲੀ ਨਹੀਂ ਜਾ ਸਕਦੀ ਨਹੀਂ 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 ਬਹੁਤ ਪ੍ਰੈਕਟਿਸ ਕੀਤੀ ਹੋਈ ਹੈ ਕੱਲੀ ਨੇ ਆਹ ਕੌਣ ਹੈ ਇਹਦੀ ਭੈਣ ਪਤਾ ਨਹੀਂ ਕੌਣ ਹੈ ਉਹ ਸਪੀਕ ਨਹੀਂ ਪਾਣੀ ਫੋਨ ਫੜਾਤਾ ਚੱਲ ਹੋਰ ਕੀ ਹਾਲ ਚਾਲ ਦੋਸਤੋ ਖਾਣੀ ਜੋ ਚੱਲ ਇਹ ਤਾਂ ਸੋਨੂੰ ਸੀ ਤੋਲੇ ਦਾ ਭਰਾ ਹੋਰ ਕੀ ਹਾਲ ਚਾਲ ਦੋਸਤੋ ਖਾਣ ਤੂੰ ਆਪਦਾ ਖਾ ਤੇ ਆਪਦੀ ਜਨਾਨੀ ਨੂੰ ਖਵਾ ਨਹੀਂ ਦਿਆ ਦੋਸਤ ਤੇਰੇ ਠੀਕ ਹੈ ਉਹਨਾਂ ਨੂੰ ਕਿ ਲੂਜ ਮੋਸ਼ਨ ਲੱਗੇ ਬਾਰੇ ਪੁੱਛੀ ਨੇ ਕੀ ਹਾਲ ਦੋਸਤੋ ਪ੍ਰਭਾਵ ਬਹੁਤ ਕਰਦਾ ਆਡੀਅੰਸ ਦੀ ਪ੍ਰੀਤ ਜੱਟੀ ਨੇ ਇਕੱਠੀ ਕਰਕੇ ਦਿੱਤੀ ਜਿੰਨੀ ਕੀਤੀ ਉਹ ਕਿੱਧਰੋਂ ਲੈ ਗਈ ਗੋਲ ਗੱਪਾ ਖਿੱਚ ਕੇ ਚੱਲ ਭੈਣ ਹੀ ਲੱਗਦੀ ਮੈਨੂੰ ਤਾਂ ਉਹਦੀ ਕਿ ਨਹੀਂ ਪਤਾ ਨਹੀਂ ਕੌਣ ਮੁੰਡੇ ਦੀ ਭੈਣ ਹੋਊਗੀ ਜਾਂ ਹੋਰ ਕੀ ਹੈ ਜੇ ਕੁੜੀ ਦੀ ਨਹੀਂ ਤਾਂ ਠੀਕ ਜੈ ਭਰਾਵਾ ਗੋਲ ਗੱਪੇ ਸਿੱਟੀ ਜਾਂਦੇ ਹੋ ਕੋਈ ਕੇਕ ਸਿੱਟੀ ਜਾਂਦਾ ਕੋਈ ਵਲੋਗਾਂ 'ਚ ਗੋਲ ਗੱਪੇ ਸਿੱਟੀ ਜਾਂਦਾ ਕੀ ਵਲੋਗਾਂ ਦੇ ਚੱਕਰਾਂ 'ਚ ਦੱਸ ਹੱਸਣ ਨਹੀਂ ਕੀ ਸੀ ਗੱਦਾ ਨੀ ਦੇਣਾ ਹੋਵੇ ਤਾਂ ਪ੍ਰੀਤੋ ਤਿਆਰ ਵੇ ਕੋਈ ਹੈ ਹਰਸਿਮਰਤ ਮਾਦਲ ਹੁੰਦੀ ਹੈ ਨਾ ਜਿਵੇਂ ਪੂਰੀ ਹੈ ਹਾਂਜੀ ਤੁਹਾਡੇ ਵੋਟਾਂ ਦੇ ਵਿੱਚ ਖੜੇ ਆਇਆ ਹਾਂਜੀ ਤੁਸੀਂ ਨਾ ਸਿਰਫ ਤਕੜੀ ਨੂੰ ਵੋਟ ਹੀ ਪਾਣੀ ਓਕੇ ਪਹਿਲਾਂ ਗਾਹ ਪਾ ਦਿੰਦੀਆਂ ਬਾ ਜੋ ਸਿਆਣੀਆਂ ਵੀ ਨਹੀਂ ਬਣ ਕੇ ਹੁੰਦੀਆਂ ਵੀ ਸਾਡੇ ਵਰਗਾ ਸਿਆਣਾ ਕੋਈ ਆਈ ਨਹੀਂ ਪਾਸੇ ਹੋ ਜਾਓ ਨਾ ਚੱਲ ਉਹ ਆਪੇ ਖਵਾਊਗਾ ਕੁੜੀ ਖਵਾ ਦੂਗੀ ਆਪਦੇ ਭਰਾ ਨੂੰ ਜਾਂ ਘਰ ਲੈਣ ਪੋਵੀ ਹੈ ਭਰਾ ਹੀ ਲੱਗਦਾ ਮੈਨੂੰ ਤਾਂ ਪਤਾ ਨਹੀਂ ਕੌਣ ਆ ਬਾਕੀ ਯਾਰ ਇਹ ਵਲੌਗ ਹੈ ਵੈਸੇ ਗੋਲਗੱਪੇ ਖਾਈ ਨੂੰ ਉਹਦੀ ਵੀਡੀਓ ਬਣਾਈ ਜਾਓ ਬਣਾਈ ਜਾਓ ਠੀਕ ਆ ਖਾਣ ਪੀਣ ਜਾਂਦੇ ਹਾਂ ਕਿਤੇ ਮਾੜਾ ਮੋਟਾ ਸ਼ੋਟ ਲਾਤਾ ਵੀ ਗਾਏ ਜਾ ਖਾਣ ਲੱਗੇ ਓਕੇ ਖਾ ਪੀ ਕੇ ਮਿਲਦੇ ਹਾਂ ਗੱਲ ਖਤਮ
ਇਹ ਕਿਹਨੂੰ ਫੜਾਤਾ? ਫੇਰ ਪਾਣੀ ਪੀਣ ਲੱਗ ਗਏ ਨਾਲੇ, ਬਸ ਛੱਡਦੀ ਕਿਹੜਾ ਹੈਗੀ ਇਹ? ਕਈਆਂ ਨੂੰ ਮੱਤ ਹੁੰਦੀ ਹੈ, ਪਟਾਕੇ ਪਾਈ ਜਾਣਗੇ ਉਂਗਲਾਂ 'ਤੇ। ਮੋਸਟਲੀ ਬਹੁਤ ਲੋਕ ਆ, ਉਹਨਾਂ ਦੀ ਉਂਗਲਾਂ ਵੇਖੋ ਤੁਸੀਂ, ਆ ਜਿਵੇਂ ਮੇਰੀ ਉਂਗਲ, ਆ ਉਂਗਲਾਂ ਥੋੜ੍ਹੀ ਇੱਧਰ ਨੂੰ ਅੰਦਰ ਨੂੰ ਘੁੰਮਦੀ ਆ, ਐਂ ਜਿਹੇ ਘੁੰਮਦੀ ਆ। ਬਹੁਤ ਜਨਤਾ ਵੇਖੋ ਤੁਸੀਂ ਉਂਗਲਾਂ, ਜਿਹਨਾਂ ਨੂੰ ਪਟਾਕੇ ਪਾਉਣ ਦੀ ਆਦਤ ਨਾ, ਉਹਨਾਂ ਦੀ ਆਹ ਵੱਡੀ ਉਂਗਲ ਵਿੰਗੀ ਹੁੰਦੀ ਆ, ਐਂ ਕਰਕੇ। ਮੈਂ ਉਂਗਲ ਨਹੀਂ ਕੱਢੀ, ਐਂ ਨਹੀਂ ਕਰੀ ਜਾਂਦਾ ਗੱਲ ਕਰਦਾ ਉੱਦਾਂ, ਆਹ ਵਾਲੀ ਉਂਗਲਾਂ ਜਿਹੜੀ ਆ ਵਿੰਗੀ ਹੁੰਦੀ ਆ। ਬਹੁਤ ਲੋਕਾਂ ਦੀ ਵੇਖੀ ਹੈ ਮੈਂ, ਬਹੁਤ ਇਹ ਵੀ ਡਿਸਕਸਟਿੰਗ ਕੰਮ ਆ। ਹਾਏ ਹਾਏ, ਕੀ ਕਰੂਗੀ ਯਾਰ ਇਹ, ਪੈਸੇ ਵੀ ਚੈੱਕ ਕਰਦੀ ਆ। ਇਹਨਾਂ ਨੂੰ ਭੇਜਦੇ ਪਾਟਾ ਨੋਟ ਮਿਲਿਆ ਇਹਨਾਂ ਨੂੰ, ਇੰਨੀ ਮੁੱਕ ਤਾਂ ਆਉਂਦੀਆਂ ਜਮਾਂ, ਐਡਾ ਵੇਖ ਲਓ ਉਹਨੂੰ ਤੁਸੀਂ, ਕੀ ਕਰੀ ਜਾਂਦੀ ਆ ਪ੍ਰੀਤ ਯਾਰ, ਗੋਲ ਗੱਪੇ ਖਾ ਲਏ ਹੁਣ ਕੀ ਕਰੇਂਗੀ ਦੱਸਦੇ ਹਾਂ, ਚਲੋ ਘਰੇ ਵੇਖਦੇ ਹਾਂ ਘਰੇ ਜਾ ਕੇ ਕੀ ਕਰਦੀ ਹੈ। ਹੁਣ ਕੀ ਖਾਣਾ? ਕੋਈ ਤੁਹਾਡੇ ਸਬਸਕ੍ਰਾਈਬਰ ਮਿਲਦੇ ਤੁਹਾਨੂੰ ਕਹਿੰਦੇ ਉਹ ਪ੍ਰੀਤ ਜੱਟੀ ਕੀ ਹਾਲ ਆ, ਬਿੱਗ ਫੈਨ ਅਸੀਂ ਤੇਰੀ, ਬਹੁਤ ਵੀਡੀਓ ਵੇਖੀ। ਕੋਈ ਕਹਿੰਦਾ ਤੁਹਾਨੂੰ ਐਂ ਜਿਵੇਂ ਕੁੱਲੜ ਪੀਜੇ ਨੂੰ ਕੋਈ ਕਹਿੰਦਾ ਤੁਹਾਡੀ ਵੀਡੀਓ ਦੇ ਫੈਨ ਆ ਅਸੀਂ, ਹੈ ਨਾ? ਨਹੀਂ ਕੋਈ ਕਹਿੰਦਾ ਤਾਂ ਹੋਊਗਾ ਤੁਹਾਨੂੰ, ਵੈਸੇ ਕਿ ਨਹੀਂ ਕਹਿੰਦਾ, ਕਹਿੰਦੇ ਆਉਣਗੇ ਲੋਕ, ਦੱਸਦੇ ਨਹੀਂਗੇ ਲੋਕ, ਵੀ ਆਪਣੇ ਲਈ ਬਸ਼ਰਮ ਬੁਲਾ ਲੈਂਦੇ ਮੂੰਹ 'ਤੇ। ਕੁੱਲੜ ਪੀਜੇ ਨੂੰ ਕਹਿੰਦੇ ਭਾਈ ਤੁਹਾਡੀ ਵੀਡੀਓ ਬੜੀ ਘੈਂਟ ਸੀ, ਪਰ ਕਰ ਲੈਣਗੇ ਅਸੀਂ, ਇਹ ਕਿਹੜਾ ਘੱਟ ਤਰੱਕੀ ਕਰਦਾ ਨਹੀਂ ਦਾ। ਕੀ ਹੈ ਵਿਊ ਦਾ? ਅੱਛਾ ਮਾਈਕ ਤਾਂ ਐਂ ਦੱਸਦੀ ਹੈ ਜਿਵੇਂ ਇੰਟਰਵਿਊ ਲੈਂਦੀ ਫਿਰਦੀ ਹੁੰਦੀ ਲੋਕਾਂ ਦੀਆਂ, ਉਹ ਇੱਕ ਵੀਡੀਓ 'ਚ ਮਾਈਕ ਲਾਇਆ ਮੈਗੀ ਵਾਲੇ 'ਚ, ਉਹ ਵੀ ਉੱਤੇ ਪਤਾ ਨਹੀਂ ਕੌਣ ਸੈਲਫ 'ਤੇ ਖੜਾ ਰੱਖੀ ਸੀ, ਮੈਨੂੰ ਲੱਗਦਾ ਆਹੀ ਕੁੜੀ ਹੋਣੀ ਜਿਹਦੇ ਨਾਲ ਫਿਰਦੀ ਇਹਨਾਂ ਦੇ, ਸੈਲਫ 'ਤੇ ਚੜਾ ਕੇ ਵਲੋਗ ਬਣਾਈ ਜਾਂਦੇ ਆ, ਮੈਗੀ ਘੱਟ ਹੋਰ ਕੁਛ ਜ਼ਿਆਦਾ ਵਿਖਾਈ ਜਾਂਦੇ ਇੰਨੀ ਦੇ, ਐਂ ਵਲਾਗ ਨਹੀਂ ਆਖਦਾ ਪ੍ਰੀਤ ਜੱਟ ਗਈ ਮੂਵੀ ਦੇਖਣ ਵਾਲੀ ਸਰ, ਐਂ ਫੁੱਲੇ ਲਾ ਤੇ ਟਾਈਟਲ 'ਚ ਫੁੱਲੇ ਖਾਧੇ ਨਹੀਂ ਸਾਰੇ ਵਲੋਗ ਸਾਰੇ ਵੇਖਦੇ ਪਏ, ਮੈਨੂੰ ਨਾ ਇੱਕ ਵਲੋਗਿੰਗ ਕਰਨ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ। ਆਹੋ ਤੂੰ ਸਰਵ ਜੋਸ਼ੀ ਦੀ ਵੱਡੀ ਭੈਣ ਹੈ ਨਾ, ਤਾਂ ਕਰਕੇ ਤੈਨੂੰ ਸਾਰੇ ਵੇਖਦੇ ਆ, ਤੇਰੀ ਚੜ੍ਹਾਈ ਬਹੁਤ ਉੱਦਾਂ ਹੀ ਪੰਜਾਬ 'ਚ ਤਾਂ ਖਾਸ ਕਰਕੇ। ਵੈਸੇ ਕਮਾਲ ਦੀ ਗੱਲ ਨਾ, ਅਸੀਂ ਹੰਬ ਹੰਬ ਮਰ ਜਾਂਦੇ ਹਾਂ ਵੀਡੀਓ ਨੂੰ, ਲਾਈਕ ਕਮੈਂਟ ਸ਼ੇਅਰ ਕਰਦੇ ਨਹੀਂ, ਕਈਆਂ ਦੀ ਇਹੋ ਜਿਹੀ ਵੀਡੀਓ ਬੰਦੀਆਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਤੈਨੂੰ ਵੀਡੀਓ ਭੇਜੀ ਵਟਸਐਪ ਕਾਲ ਜਲਦੀ ਮਿੰਟਾਂ ਮਿੰਟੀ ਸ਼ੇਅਰ ਹੁੰਦੀ, ਗਲਤ ਗੱਲ ਹੈ ਯਾਰ। ਕਨਫਿਊਜ਼ਨ ਹੁੰਦੀ ਆ ਮਾਲ ਵਿੱਚ ਵੀ ਜ਼ਿਆਦਾ, ਮੈਨੂੰ ਇਹੀ ਸੀਗਾ ਕਿ ਜਦੋਂ ਕੋਈ ਸਾਹਮਣੇ ਦਾ ਕੈਮਰਾ ਫੜਿਆ ਹੁੰਦਾ ਵਾ, ਕੋਈ ਵੀ ਦੇਖਦਾ ਸਾਹਮਣੇ, ਤੇ ਫਿਰ ਥੋੜਾ ਸ਼ਾਈ ਫੀਲ ਹੁੰਦਾ ਵਾ, ਬਾਕੀ ਚਲੋ ਕੋਈ ਨਹੀਂ। ਮੈਂ ਸੋਚਿਆ ਇੱਥੇ ਲੋਕ ਇਹਨਾਂ ਧਿਆਨ ਨਹੀਂ ਦਿੰਦੇ, ਛੋਟਾ ਛੋਟਾ ਕਰਕੇ ਵਲੌਗ ਆਪਾਂ ਅੱਛਾ ਕਰੀਏ, ਸ਼ੂਟ ਕਰੀਏ ਹੁੰਦਾ ਨਾ, ਗਲਤ ਨਾ ਬੋਲਦਾ, ਇਹਨੂੰ ਆ ਵੀ ਨਹੀਂ ਪਤਾ। ਵਧੀਆ ਲੱਗੀ ਯਾਰ, ਖਾਣ ਤੋਂ ਬਾਅਦ ਆਪਾਂ ਵਾਪਸ ਚੱਲਣੇ ਆ ਗੱਡੀ, ਸਲਿਪ ਕਰਦੇ ਚਲੋ ਚਲੋ। ਸਾਰਾ ਕੁਛ ਜੋ ਵੀ ਖਾਣਾ ਸੀਗਾ, ਬਰਗਰ ਗੋਲ ਗੱਪੇ ਵਗੈਰਾ ਸਭ ਕੁਛ ਖਾ ਕੇ ਫ੍ਰੀ ਸਿੱਧਾ ਘਰ ਨੂੰ। ਹੁਣ ਰਾਤ ਬ੍ਰੇਕ ਮਾਰਨੀ ਕਿਤੇ, ਹੁਣ ਕਿਸੇ ਦੇ ਭੋਗ ਤੇ ਜਾਣਾ, ਬ੍ਰੇਕਾਂ ਤਾਂ ਮਾਰਨੀਆਂ, ਚਲੋ ਘਰੇ ਆਪਦੀ ਕਾਰ 'ਚ ਆ ਗਏ ਹੁਣ ਤਾਂ, ਚਲ ਪਤਾ ਨਹੀਂ ਕੌਣ ਸੀ ਉਹ, ਬਸ ਹੁਣ ਰਾਤ 'ਚ ਇੱਕ ਬ੍ਰੇਕ ਮਾਰਨੀ, ਮੈਂ ਵੀ ਸਬਜ਼ੀ ਸੁਬਜ਼ੀ ਲੈਣੀ ਹੋਈ। ਅੰਨੀ ਦੇ ਪਹਿਲਾਂ ਮਾਲ 'ਚ ਖਲਾਰਾ ਖਾ ਲਿਆ, ਫਿਰ ਗੋਲ ਗੱਪੇ ਖਾ ਲਏ, ਫਿਰ ਬਰਗਰ ਖਾ ਲਿਆ, ਹੁਣ ਕੁਲਫੀਆਂ ਖਾਣ ਲੱਗਿਆ। ਸਬਜ਼ੀ ਕਿਹਦੇ ਵਾਸਤੇ ਬਣਾਉਣੀ ਹੈ? ਘਰਦਿਆਂ ਵਾਸਤੇ, ਅਸੀਂ ਤਾਂ ਖਾਏ ਹਾਂ, ਤੁਸੀਂ ਚੀਰ ਲਓ ਕੱਦੂ ਆਪਦਾ, ਚੱਲ ਉੱਥੋਂ ਲਾਸਟ ਬ੍ਰੇਕ ਪਤਾ ਨਹੀਂ ਕਿੱਥੇ ਵੱਜੂ, ਚੱਲ ਹਜੇ ਵੀ ਨਾਲ ਹੀ ਹੈਗੇ, ਮੈਂ ਕਦੇ ਲਾਹ ਗਏ ਕਿਵੇਂ ਕ
ਕਿਉਂ ਹਰਬੀ ਨੇ ਨੀ ਜਾਣਾ ਸਾਰੀ ਦੁਨੀਆਂ ਹੀ ਕਰਦੀ ਇੰਨੀ ਦਿਨਾਂ ਮੈਂ ਤਾਂ ਚੱਲ ਕੀ ਸੀ ਪ੍ਰੀਤ ਜੱਟੀ ਵਲੋਗ ਯਾਰ ਭੋਰ ਦੀਆਂ ਚਾਹੀਦਾ ਵਲੋਗ ਬਣਾਇਆ ਕਰ ਏਡਾ ਹੈ ਪਰ ਮੇਰਾ ਹੈ ਮੀਂਹ ਪੈਣ ਨਾਲ ਦੇਖੋ ਸੜਕਾਂ ਦੀ ਕੀ ਅਸੀਂ ਵੇਖ ਲੈਣੇ ਉਦਾਂ ਹੀ ਲੋਡ ਨਹੀਂ ਤੈਨੂੰ ਦੱਸਾਂ ਕਿਉਂਕਿ ਇਹਦਾ ਸੁਭਾਅ ਬਹੁਤ ਜ਼ਿਆਦਾ ਗਰਮ ਆ ਕੀ ਦਾ ਸੁਭਾਅ ਕੀ ਕਰੀ ਜਾਂਦੀ ਹੈ ਕਿਹੜੇ ਸੀਨ ਪਾਈ ਜਾਂਦੀ ਹੈ ਇਹਦਾ ਸੁਭਾਅ ਕੁਰਕਰੇ ਖਾ ਲਓ ਸੜਕਾਂ 'ਤੇ ਗਾਰਾ ਪੈ ਗਿਆ ਇਹਦਾ ਸੁਭਾਅ ਬਹੁਤ ਗਰਮ ਹੈ ਸਮਝ ਨਹੀਂ ਲੱਗੀ ਜਾਂਦਾ ਕੀ ਚੱਲੀ ਜਾਂਦਾ ਦੁਨੀਆਂਦਾਰੀ 'ਚ ਕੁਛ ਨਹੀਂ ਸਮਝ ਆਈ ਜਾਂਦਾ ਹੋਰ ਹੀ ਜਾਂਦੀ ਹੈ ਕਿੰਨੀ ਸ਼ਾਂਤੀ ਹੈ ਇਸ ਟਾਈਮ ਤੇ ਹੁਣ ਆਪਾਂ ਜੋ ਵੀ ਘਰ ਵਾਸਤੇ ਲੈਣਾ ਸੀ ਸਬਜ਼ੀ ਸੁਬਜ਼ੀ ਲੈ ਕੇ ਤੇ ਹੁਣ ਆਪਾਂ ਚੱਲੇ ਹਾਂ ਘਰ ਤੇ ਵਲੌਗ ਦਾ ਕਰਨ ਲੱਗੇ ਹਾਂ ਐਂਡ ਤੇ ਜ਼ਰੂਰ ਦੱਸਿਓ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਬਜ਼ੀ ਮਹੀਨੇ ਦੀ ਇਕੱਠੀ ਲੈ ਲਈ ਅੰਨੀ ਦੇ ਕੁਲਫੀਆਂ ਬਾਹਰ ਖਾਈ ਜਾਂਦੇ ਆ ਦੱਸ ਕੀ ਸਪੋਰਟ ਕਰੀਏ ਇਹਦੇ 'ਚ ਅਸੀਂ ਦੱਸ ਕੋਈ ਵਧੀਆ ਵਲੌਗ ਬਣਾਇਆ ਕਰ ਕਿਵੇਂ ਲੱਗਿਆ ਤੁਹਾਨੂੰ ਵਲੌਗ ਸਾਨੂੰ ਤਾਂ ਪਤਾ ਨਹੀਂ ਚੱਲੀ ਕੀ ਜਾਂਦਾ ਦੋ ਫਿਲਮਾਂ ਵੇਖੀਆਂ ਗੰਦ ਪਿਲ ਜਿਹਾ ਖਾਧਾ ਚੱਲ ਵਲੌਗ ਪੂਰਾ ਹੋ ਗਿਆ ਚੱਲ ਇਹਦੀ ਜਗ੍ਹਾ ਤਾਂ ਕਰੇ ਕੁਕਿੰਗ ਵਲੌਗ ਹੀ ਬਣਾ ਲਿਆ ਕਰ ਸੋ ਬਾਏ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਇੰਸਟਾ ਸਨੈਪਚੈਟ ਤੇ ਮੈਨੂੰ ਫੋਲੋ ਕਰ ਲਿਓ ਤਰਤਰੇ ਖਰਤਰੇ ਪਤਾ ਨਹੀਂ ਕੀ ਖਾ ਲਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਥੈਂਕ ਵਿੱਚੋਂ ਸੋ ਬਾਏ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਇੰਸਟਾ ਸਨੈਪਚੈਟ ਨੂੰ ਫੋਲੋ ਕਰ ਲਿਓ ਯਾਰ ਹੋ ਰਹੀ ਜਾਂਦੇ ਸੀਰੀਜ਼ ਕਿਹਦੀ ਸ਼ੁਰੂ ਕਰੀਏ ਦੱਸਿਓ ਮੈਨੂੰ ਸੀਰੀਜ਼ ਆਪਾਂ ਫਿਰ ਸ਼ੁਰੂ ਕਰਨੀ ਆ ਉਹ ਬਿਜ਼ੀ ਹੋਏ ਨੇ ਨਾ ਥੋੜ੍ਹੇ ਜਿਹੇ ਹੁਣ ਵਿਹਲੇ ਹਾਂ ਆਪਾਂ ਸੀਰੀਜ਼ ਸ਼ੁਰੂ ਕਰਨ 'ਤੇ ਹਾਂ